ਮੋਮਬੱਤੀ ਜਗਾਉਣ ਦੀ ਥਾਂ ਤੁਸੀਂ ਐਲਈਡੀ ਜਗਾ ਕੇ ਹਨੇਰਾ ਖਤਮ ਕਰ ਸਕਦੇ ਹੋ। ਤੁਸੀਂ 6 ਵੋਲਟ ਦਾ ਡੀਸੀ ਖਿਡੌਣੇ ਦਾ ਮੋਟਰ ਲਵੋ ਅਤੇ ਉਸ ਦੇ ਟਰਮੀਨਲ ਨੂੰ ਐਲਈਡੀ ਨਾਲ ਜੋੜ ਦਿਓ। ਨਾਲ ਹੀ ਮੋਟਰ ਦੇ ਸ਼ਾਫਟ ਦੇ ਨਾਲ ਇੱਕ ਛੋਟੀ ਪੁਲੀ ਵੀ ਦਬਾ ਕੇ ਲਗਾ ਦਿਓ। ਜੇ ਤੁਸੀਂ ਪੁਲੀ ਨੂੰ ਹਿਲਾਓਗੇ ਤਾਂ ਮੋਟਰ ਜਨਰੇਟਰ ਦਾ ਕੰਮ ਕਰਦੇ ਹੋਏ ਐਲਈਡੀ ਦੀਆਂ ਬੱਤੀਆਂ ਨੂੰ ਜਗਾਵੇਗੀ। ਤੁਸੀਂ ਫਲੈਕਸੀ ਤਾਰ ਦੀ ਮਦਦ ਨਾਲ ਮੋਟਰ ਦੇ ਨਾਲ ਐਲਈਡੀ ਨੂੰ ਜੋੜ ਸਕਦੇ ਹੋ। ਐਲਈਡੀ ਨੂੰ ਸਟਰੀਟ ਲਾਈਟ ਦੀ ਤਰ੍ਹਾਂ ਇੱਕ ਮੁੜੀ ਹੋਈ ਸਟਰਾਅ 'ਤੇ ਲਗਾਓ। ਸਫੇਦ ਛੋਟੀ ਪੁਲੀ ਦੇ ਨਾਲ ਵੱਡੀ ਪੁਲੀ ਨੂੰ ਰਬੜ ਬੈਂਡ ਨਾਲ ਜੋੜ ਦਿਓ। ਇਹ ਸਭ ਕੁਝ ਲੱਕੜੀ ਦੇ ਤਲੇ ਦੇ ਉੱਪਰ ਜੋੜੋ। ਜਿਵੇਂ ਹੀ ਤੁਸੀਂ ਵੱਡੀ ਪੁਰਾਣੀ ਸੀਡੀ ਪੁਲੀ ਨੂੰ ਘੁਮਾਓਗੇ, ਚਿੱਟੀ ਛੋਟੀ ਪੁਲੀ ਤੇਜ਼ ਘੁੰਮੇਗੀ ਅਤੇ ਡੀਸੀ ਮੋਟਰ ਬਿਜਲੀ ਬਣਾਵੇਗੀ ਜਿਹੜੀ ਕਿ ਸਟਰੀਟ ਲਾਈਟ ਨੂੰ ਜਗਾਏਗੀ। ਇੱਥੇ ਤੁਸੀਂ ਦੇਖ ਸਕਦੇ ਹੋ ਕੁਝ ਵਿਦਿਆਰਥੀ ਇਸ ਨਾਲ ਖੇਡ ਰਹੇ ਹਨ। ਦਿਨ ਦੀ ਰੋਸ਼ਨੀ ਵਿੱਚ ਸ਼ਾਇਦ ਤੁਸੀਂ ਐਲਈਡੀ ਨੂੰ ਤੇਜ਼ ਰੋਸ਼ਨੀ ਨਾਲ ਜਲਦੇ ਹੋਏ ਨਹੀਂ ਦੇਖ ਸਕੋਗੇ, ਪਰ ਇਹ ਜਲਦੀ ਅਵਸ਼ਯ ਹੈ।